ਸਤਿਕਾਲ ਦੋਸਤੋ ਮੈਂ ਤੁਹਾਡਾ ਵੀ ਨੀਡ ਸ਼ਟਰਾਂ ਵਾਲਾ ਜਿਵੇਂ ਕਿ ਅੱਜ ਅਸੀਂ ਤੜਕੇ ਉੱਠ ਗਏ ਆ ਤੜਕੇ ਉੱਠ ਕੇ ਕਸਰਤ ਕਰਨੀ ਪੈਂਦੀ ਆ ਜਾਂ ਅਸੀਂ ਸਵੇਰ ਉੱਠ ਕੇ ਸੈਰ ਕਰੀਏ ਘੁੰਮੀਏ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜਿੱਦਾਂ ਕਿ ਜਿੱਦਾਂ ਹੋਇਆ ਦੇਖੋ ਜੀ ਮੈਂ ਅੱਜ ਰਨਿੰਗ ਕਰਦਾ ਪਿਆ ਔਰ ਤੁਹਾਨੂੰ ਦੱਸਣ ਲੱਗਾ ਮੈਂ ਕਿ ਕਰ ਰਿਹਾ ਹੋਰ ਵੀ ਕਈ ਮਸ਼ੀਨਾਂ ਦੇ ਨਾਲ ਪ੍ਰੈਕਟਿਸ ਕਰ ਰਿਹਾ ਕਿ ਪੇਟ ਅੰਦਰ ਹੋ ਸਕੇ ਸੋ ਬਹੁਤ ਵਧੀਆ ਲੱਗ ਰਿਹਾ ਜੀ ਅਤੇ ਤੁਹਾਡੀ ਜਾਣਕਾਰੀ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਹਰ ਕੋਈ ਬੰਦਾ ਸਵੇਰੇ ਉੱਠ ਕੇ ਆਪਣੀ ਪ੍ਰੈਕਟਿਸ ਔਰ ਜੇ ਕੁਛ ਤੁਸੀਂ ਆਪਣੇ ਪੇਟ ਨੂੰ ਘਟਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੋਰੀ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਆਪਣੇ ਪੇਟ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਕੋਈ ਨਾ ਕੋਈ ਐਕਸਰਸਾਈਜ਼ ਹਮੇਸ਼ਾ ਕਰਦੇ ਰਹੋ ਤਾਂ ਕਿ ਬਣੇ ਰਹੋ ਐਕਸਰਸਾਈਜ਼ ਦੇ ਨਾਲ ਕਿਉਂਕਿ ਤੁਹਾਡੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਨੇ ਔਰ ਸਾਰੇ ਹੀ ਬਿਮਾਰੀਆਂ ਦੂਰ ਹੋਣਗੀਆਂ ਅਤੇ ਜੇ ਬਿਮਾਰੀਆਂ ਦੂਰ ਹੋਣਗੀਆਂ ਤਾਂ ਤੁਹਾਡਾ ਪੇਟ ਅੰਦਰ ਹੋਏਗਾ ਅਤੇ ਤੁਸੀਂ ਹੋਰ ਵਧੀਆ ਲੱਗੋਗੇ ਦੇਖੋ ਜਿਵੇਂ ਮੈਂ ਅੱਜ ਕਰ ਰਿਹਾ ਆ ਦੇਖੋ ਬਹੁਤ ਵਧੀਆ ਲੱਗ ਰਿਹਾ ਇਸ ਐਕਸਰਸਾਈਜ਼ ਕਰਦੇ ਅਤੇ ਤੁਸੀਂ ਵੀ ਸਾਰੇ ਮੇਰੇ ਵੀਰ ਕਰੋਗੇ ਮੈਨੂੰ ਉਮੀਦ ਹੈ ਮੈਂ ਵੀਡੀਓ ਤਾਂ ਪਾਊਂਗਾ ਕਿ ਜੇ ਤੁਹਾਨੂੰ ਚੰਗੀ ਲੱਗੇ ਉੱਦਾਂ ਦੀ ਵੀਡੀਓ ਨਹੀਂ ਪਾਊਂਗਾ ਕਿ ਜਿੱਦਾਂ ਕਿ ਐਵੇਂ ਉੱਟ ਡਾਂਗ ਕਰਕੇ ਕਿ ਮੈਂ ਵੀਡੀਓ ਇਕੱਠੀ ਕਰਕੇ ਵਿਊ ਇਕੱਠੇ ਕਰਾਂ ਉੱਦਾਂ ਚੱਕਰ ਵੀ ਨਹੀਂ ਹੈਗਾ ਮੇਰਾ ਤੁਹਾਡੀ ਸਿਹਤ ਦੇ ਨਾਲ ਔਰ ਤੁਹਾਡੇ ਨਾਲ ਪਿਆਰ ਹੈ ਇਸ ਕਰਕੇ ਮੈਂ ਵੀਡੀਓ ਪਾਉਣਾ ਸੋ ਗਾਣੇ ਕਰ ਰਿਹਾ ਅਤੇ ਹੋਰ ਵੀ ਤੁਹਾਨੂੰ ਵਧੀਆ ਵਧੀਆ ਗਾਣੇ ਔਰ ਮੋਟੀਫਾਈ ਕਰਦਾ ਰਹਾਂਗਾ ਕਿ ਤਾਂ ਕਿ ਐਕਸਰਸਾਈਜ਼ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਸੈਰ ਕਰਨੀ ਬਹੁਤ ਜ਼ਰੂਰੀ ਹੈ ਜੇ ਆਪਾਂ ਸੈਰ ਨਹੀਂ ਕਰ ਸਕਦੇ ਤਾਂ ਫਿਰ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਬਣਦਾ ਜੇ ਕੋਈ ਮਕਸਦ ਬਣਦਾ ਦੇਖੋ ਅੱਜ ਆਪਾਂ ਪਾਰਕ ਵਿੱਚ ਆਏ ਹਾਂ ਸਵੇਰ ਤੋਂ 6 ਵਜੇ ਉੱਠ ਕੇ ਵੀ ਤੁਸੀਂ ਸੈਰ ਕਰ ਸਕਦੇ ਹੋ ਘੁੰਮ ਫਿਰ ਸਕਦੇ ਹੋ ਤਕਰੀਬਨ ਅੱਧਾ ਘੰਟਾ ਤੁਸੀਂ ਸੈਰ ਕਰੋ ਤੁਹਾਡੇ ਪੇਟ ਦੀਆਂ ਬਿਮਾਰੀਆਂ ਜਿੰਨੀਆਂ ਵੀ ਆ ਸਭ ਮੋਟਾਪਾ ਔਰ ਹੋਰ ਵੀ ਕਈ ਰੋਗ ਆ ਸਾਰੇ ਦੂਰ ਹੋ ਜਾਣਗੇ ਤਾਂ ਦੂਰ ਹੋਣਗੇ ਜੇ ਤੁਸੀਂ ਸੈਰ ਕਰੋਗੇ ਜੇਕਰ ਬੈਠੇ ਤੁਸੀਂ 8 ਵਜੇ ਉੱਠੋਗੇ ਇੱਕ ਵਾਰੀ ਉੱਠ ਕੇ ਮਨਾ ਕਰਕੇ ਦੇਖ ਆਪੇ ਹੀ ਉੱਠਣਾ ਪੈ ਜਾਂਦਾ ਆਦਤ ਬਣ ਜਾਂਦੀ ਆ ਬੰਦਾ ਜਿੱਦਾਂ ਦਾ ਹੁੰਦਾ ਵਾ ਅਤੇ ਜੇ ਤੁਸੀਂ ਰੋਜ਼ ਐਕਸਰਸਾਈਜ਼ ਕਰੋਗੇ ਜਾਂ ਰੋਜ਼ ਤੁਸੀਂ ਚੱਲੋਗੇ ਸਾਡੇ ਨਾਲ ਅਤੇ ਤੁਹਾਨੂੰ ਬਹੁਤ ਵਧੀਆ ਮਿਲੂਗਾ ਬਹੁਤ ਵਧੀਆ ਮੌਕੇ ਮਿਲੂਗੇ ਸੋ ਵਧੀਆ ਵਧੀਆ ਚੀਜ਼ਾਂ ਮਿਲੂਗੀ ਤੁਹਾਨੂੰ ਦੇਖਣ ਨੂੰ ਤੁਹਾਡੀ ਸਿਹਤ ਅੱਛੀ ਰਹੇਗੀ ਅਤੇ ਮੇਰੀ ਵੀਡੀਓ ਦੇਖਣ ਨੂੰ ਲਾਈਕ ਔਰ ਸ਼ੇਅਰ ਕਮੈਂਟ ਕਰਦੇ ਰਹੋ ਕਿਉਂਕਿ ਮੈਂ ਤੁਹਾਡਾ ਵੀ ਨਹੀਂ ਵਿਛੜਨਾ ਵਾਲਾ ਮੈਂ ਦੇਖੋ ਫੜਿਆ ਜੰਗਲਾ ਜਿਹਾ ਅਤੇ ਉਹਨਾਂ ਕਰ ਲਟਕਣ ਲੱਗਾ ਅਤੇ ਇਹਨਾਂ ਦੋਸਤਾਂ ਵਾਲੇ ਵਿਦਾ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਤੁਹਾਡਾ ਵੀ ਨੀਡੂ ਸ਼ਟਰਾਂ ਵਾਲਾ ਔਰ ਨੀਡੂ ਸ਼ਟਰਾਂ ਵਾਲਾ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਔਰ ਕਮੈਂਟ ਕਰੋ ਔਰ ਆਪਣੀ ਸਿਹਤ ਨੂੰ ਵਧੀਆ ਬਣਾਓ ਸਵੇਰੇ ਉੱਠ ਕੇ ਤੜਕੇ ਸੈਰ ਕਰੋ ਅਤੇ ਐਕਸਰਸਾਈਜ਼ ਕਰੋ ਆਪਣੀ ਸਿਹਤ ਨੂੰ ਔਰ ਆਪਣਾ ਜਿਹੜੇ ਵੱਧਦਾ ਹੋਇਆ ਪੇਟ ਆ ਉਹਨੂੰ ਕੰਟਰੋਲ ਕਰੋ ਜੀ ਥੈਂਕ ਯੂ ਦੋਸਤੋ ਸੋ ਅੱਜ ਲਈ ਇੰਨੀ ਵੀਡੀਓ ਕਾਫੀ ਹੈ ਜੀ ਥੈਂਕ ਯੂ ਜੀ।